देखो तुसी जी, रोकिए। कोई जमदी कुड़ी कूड़े गंदे कूड़े च सुट के चला गया कोई, ते इस बच्ची दा सहारा देन लगे असीं। एक मिनट भाई रुकियो, आ देखो जी, जंगल बियाबान च कोई कुड़ी कुड़ी सुट के सैर चली करन आ रहे गया। सी, ते अस कुड़ी नू ओए ओए हेलो चक ला यार, ठंड बहुत है, सारे कपड़े भी नहीं है। बीते दिन ताजपुर रोड के उत्ते स्थित प्रीत नगर के विच एक छोटी नवजन्मी बच्ची नू किसी ने सुट दिता सीगा, तो जो एक परिवार ने चुक के ते उन्हूं अपने घर लियांदा, उहदे कपड़े पाए ते उन्हूं दवाई वगैरह दित्ती, दुध पिलाया, ते हुण जिहड़ी उह बच्ची हैगी आ उह चाइल्ड केयर दी देख रेख दे विच दुराहे दे विच जिहड़ा हैगा वा उह रखी गई है। ते असीं उस परिवार दे कोल आए हाँ जानकारी लैण वास्ते, ते तुहानूं गलबात करवाउंदे हाँ। भैण जी की नाम तुहाडा? ਮੇਰਾ ਨਾਂ ਇੱਥੇ ਪਿੰਕੀ ਮਾਤਾ ਜੀ ਤੋਂ ਮਸ਼ਹੂਰ ਆ। ਹਾਂਜੀ ਮਾਤਾ ਜੀ, ਕੀ ਹੋਇਆ ਸੀ ਉਸ ਦਿਨ ਅਤੇ ਕਿੰਨੇ ਵਜੇ ਦੀ ਘਟਨਾ ਸੀਗੀ ਅਤੇ ਕਿੱਦਾਂ ਬੱਚੀ ਮਿਲੀ ਸੀ, ਕਿਹੜੇ ਹਾਲਾਤਾਂ 'ਚ ਮਿਲੀ ਸੀ? ਦੇਖੋ ਜੀ, ਅਸੀਂ ਮੈਨੂੰ 6 ਤਰੀਕ ਨੂੰ ਅਸੀਂ ਸੈਲ ਕਰਨ ਜਾ ਰਹੇ ਸੀ, 10:30 ਵਜੇ ਦਾ ਟਾਈਮ ਸੀ, ਮੈਨੂੰ ਆਵਾਜ਼ ਆਈ ਰਾਤ ਨੂੰ, ਅਤੇ ਅਸੀਂ ਸੋਚਿਆ ਕਿ ਸ਼ਾਇਦ ਵੈਸੇ ਹੀ ਹੋਣੀ ਆ। ਜਦੋਂ ਮੈਂ ਕੁੱਤੇ ਵੇਖੇ ਤਾਂ ਮੈਂ ਟੁਰ ਜਗਾ ਕੇ ਦੇਖੀ, ਅਤੇ ਇੱਕ ਬੱਚੀ ਇਸ ਤਰ੍ਹਾਂ ਹੀ ਉਹਨੂੰ ਕੁੱਤਿਆਂ ਨੇ ਫੜਿਆ ਹੋਇਆ ਸੀ, ਪਜਾਮੀ ਉਹਦੀ ਨੋਚ ਰਹੀ ਸੀ ਜਿਸ ਤਰ੍ਹਾਂ, ਅਤੇ ਮੈਂ ਉਸ ਤੋਂ ਬਚਾ ਕੇ ਮੈਂ ਵੀਡੀਓ ਆਪਣੀ ਮਲਾਈ, ਫਿਰ ਮੈਂ 112 ਨੰਬਰ 'ਤੇ ਫੋਨ ਵੀ ਕੀਤਾ। 12 ਨੰਬਰ 'ਤੇ ਫੋਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਮੁਹੱਲੇ 'ਚ ਮੈਂ ਸਾਰਿਆਂ ਤੋਂ ਹੈਲਪ ਮੰਗੀ ਕਿ ਮੇਰੀ ਹੈਲਪ ਕਰੋ, ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ, ਰਾਹ ਜਾਏ ਨੇ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮੇਰੇ ਮੁਹੱਲੇ ਦਾ ਇੱਕ ਬੱਚਾ ਜਾ ਰਿਹਾ ਸੀ, ਮੈਂ ਉਹਨੂੰ ਦੱਸੀ, ਉਹਨੇ ਸਾਡਾ ਮੁਹੱਲਾ ਸਮਾਜ ਨੂੰ ਇਕੱਠਿਆਂ ਕੀਤਾ, ਮੁਹੱਲਾ ਮੇਰਾ ਬਾਅਦ ਪਹਿਲਾਂ ਆਇਆ, ਮੁਲਾਜ਼ਮਾਂ ਨੂੰ ਬੁਲਾਉਣ ਵੀ ਗਏ। ਫਿਰ ਉਸ ਤੋਂ ਬਾਅਦ ਜਦੋਂ ਮੁਹੱਲਾ ਜ਼ਿਆਦਾ ਇਕੱਠਾ ਹੋਇਆ, 1.5 ਘੰਟੇ ਬਾਅਦ ਮੇਰੇ ਕੋਲ ਪੁਲਿਸ ਆਈ ਆ, ਠੀਕ ਆ, PCR ਵਾਲੇ ਆਏ ਸੀ। ਉਸ ਤੋਂ ਬਾਅਦ ਫਿਰ ਮਤਲਬ ਮੈਂ ਆਪਣੇ ਘਰ ਚੱਕ ਕੇ ਆਪਣੀ ਇੰਚਾਰਜ ਵੀ ਆਏ ਸੀ, ਜਨਕ ਰਾਜ ਜੀ, ਜਨਕ ਰਾਜ ਜੀ ਅਗਲੇ ਦਿਨ ਆਏ ਸੀ, ਉਸ ਦਿਨ ਨਹੀਂ ਆਏ, ਮਤਲਬ ਅਗਲੇ ਦਿਨ ਆਏ ਸੀ। ਮਤਲਬ ਅਸੀਂ ਤਾਂ ਹੁਣ ਇਹੀ ਕਹਿੰਦੇ ਹਾਂ ਕਿ ਤੁਸੀਂ ਵੀ ਸੁਣ ਹੀ ਸਕਦੇ, ਮੇਰੇ ਕੋਲ ਤਾਂ ਬੋਲਣ ਦਾ ਕੋਈ ਸ਼ਬਦ ਹੀ ਨਹੀਂ ਹੈਗਾ। ਬੱਚੀ ਦੇ ਕੀ ਹਾਲਾਤ ਸੀਗੇ ਉਸ ਵੇਲੇ ਜਦੋਂ ਤੁਸੀਂ ਦੇਖਿਆ ਉੱਥੇ? ਅਤੇ ਮੇਰਾ ਨਾਮ ਮਲਕੀਤ ਸਿੰਘ ਹੈ ਜੀ, ਜੋ ਮੇਰੀ ਵਾਈਫ ਨੇ ਦੱਸਿਆ ਸੇਮ ਪ੍ਰੋਸੀਜਰ ਹੈ। ਅਤੇ ਜਦੋਂ ਬੱਚੀ ਨੂੰ ਉੱਥੋਂ ਲਿਆਂਦਾ, ਵਿਚਾਰੀ ਬੁਰੀ ਹਾਲਤ ਰੋ ਰਹੀ ਸੀਗੀ ਸੀ, ਅਤੇ ਉਹਦੇ ਕੱਪੜੇ ਪੂਰੇ ਲੱਥੇ ਪਏ ਸੀ, ਠੰਡ ਵਿੱਚ ਪੂਰੇ ਕੂੜੇ ਦੋ ਢੇਰ ਦੇ ਪਏ ਸੀ, ਕਿ ਉਹ ਜੋ ਸਾਡੇ ਕੋਲ ਵੀਡੀਓ ਵੀ ਬਣੀ ਹੋਈ ਹੈ ਮੌਜੂਦਾ। ਅਤੇ ਜਦੋਂ ਅਸੀਂ ਲਿਆਂਦੀ ਤਾਂ ਤੁਹਾਨੂੰ ਪਤਾ ਠੰਡ 'ਚ ਬੁਖਾਰ ਹੁੰਦਾ ਹੀ ਹੁੰਦਾ, ਸੋਲ ਜਿਹਾ ਬੱਚਾ। ਅਗਲੇ ਦਿਨ ਅਸੀਂ ਦਵਾਈ ਦਵਾਉਣ ਚਲੇ ਗਏ, ਅਤੇ ਦਵਾਈ ਦਵਾਉਣ ਤੋਂ ਬਾਅਦ ਅਸੀਂ ਬੈਠੇ ਰਹੇ, ਅਸੀਂ ਉਹਨਾਂ ਦੇ ਕਾਨੂੰਨ ਦੇ ਥਰੂ ਚੱਲਣਾ ਸੀ, ਸਾਨੂੰ ਸਲਾਹ ਦਿੱਤੀ ਗਈ ਜੋ ਉਹਨਾਂ ਨੇ ਕੋਰਟ 'ਚ ਸਾਨੂੰ ਲੈ ਗਏ। ਅਤੇ ਤੀਸਰੇ ਦਿਨ ਗਏ ਸਰ, ਤੀਸਰੇ ਦਿਨ ਪੂਰਾ ਅਸੀਂ ਕਚਹਿਰੀ 'ਚ ਰਹੇ ਹਾਂ, ਉੱਥੋਂ ਦੀ ਤਕਰੀਬਨ 4:30-5 ਤਾਂ ਵੱਜ ਗਏ ਸੀ ਸਾਨੂੰ। ਇਹਨਾਂ ਦੀ ਗੋਦ 'ਚ ਕੁੜੀ ਰਹੀ ਹੈ, ਮੇਰੇ ਭਰਾ ਦੀ ਜਿਹੜੀ ਵਾਈਫ ਆ ਉਹਨਾਂ ਨੇ ਦੁੱਧ ਪਿਲਾਉਂਦੀ ਰਹੀ 3 ਦਿਨ, ਠੀਕ ਆ ਜੀ, ਉਹਨਾਂ ਨੇ ਦੁੱਧ ਦਿੱਤਾ ਬੱਚੇ ਨੂੰ, ਕਿ ਅਸੀਂ ਕਹਿ ਰਹੇ ਕਿ ਮਾਂ ਦੀ ਮਮਤਾ ਜਾਗੀ ਆ, ਵੀ ਤੁਸੀਂ ਲਿਜਾਣੀ ਸੀ ਉਸੇ ਦਿਨ, ਕਿਉਂ ਨਹੀਂ ਲੈ ਕੇ ਗਏ? ਪਹਿਲੇ ਦਿਨ ਹੀ ਕਿਉਂ ਨਹੀਂ, ਇੰਨੀ ਤੁਹਾਡੀ ਡਿਊਟੀ ਹੈ, ਮੁਲਾਜ਼ਮ ਦਿਨ ਰਾਤ ਡਿਊਟੀ ਹੁੰਦੀ ਹੈ, ਕਿਉਂ ਨਹੀਂ ਆਏ? ਇਹ 3ਜੇ ਦਿਨ ਸਾਨੂੰ ਨਾਲ ਘੜੀਸਣਾ ਕਿਉਂ ਜ਼ਰੂਰੀ ਸੀ ਇਹਨਾਂ ਨੂੰ? ਉਹ ਤੋਂ ਸਾਨੂੰ ਨਾਲ ਲੈ ਕੇ ਗਏ, ਸਾਨੂੰ ਇਹ ਕਹਿੰਦੇ ਰਹੇ ਤੁਹਾਨੂੰ ਕੁੜੀ ਮਿਲ ਜੂਗੀ ਮਿਲ ਜੂਗੀ ਮਿਲ ਜੂਗੀ, ਇਹ 2-3 ਮਹੀਨੇ ਲੱਗਣਗੇ, ਕਾਰਵਾਈ ਹੋਊਗੀ, ਅਤੇ ਉਸ ਤੋਂ ਬਾਅਦ ਤੁਹਾਨੂੰ ਮਿਲ ਜੂਗੀ। ਸਾਨੂੰ ਦਿਲਾਸਾ ਦੇ ਦੇ ਕੇ ਜੀ ਉੱਥੋਂ ਦੀ ਇਹਨਾਂ ਨੇ ਲੈ ਗਏ ਆਪਣਾ ਚਾਈਲਡ ਵੈਲਫੇਅਰ 'ਚ। ਅੱਛਾ, ਹਾਂਜੀ। ਅਤੇ ਤੁਹਾਡੇ ਪਹਿਲਾਂ ਕਿੰਨੇ ਬੱਚੇ ਨੇ? ਮੇਰੇ ਆਪਣੇ 3 ਬੱਚੇ ਨੇ, ਠੀਕ ਹੈ, 2 ਬੇਟੀਆਂ 1 ਬੇਟਾ ਹੈ, ਠੀਕ ਹੈ। ਹੁਣ ਮੈਂ ਕੀ ਕਹਾਂ, ਮੇਰੇ ਕੋਲ ਤਾਂ ਕੁਛ ਬੋਲਿਆ ਨਹੀਂ। ਇਹਨਾਂ ਦਾ ਕਹਿਣਾ ਕਿ ਮੈਨੂੰ ਬੱਚੀ ਦਵਾਈ ਜਾਵੇ, ਕਿਉਂਕਿ ਸਾਡੇ ਕੋਲ ਪੂਰਾ ਮੁਹੱਲਾ ਨਾਲ ਸਹਿਮਤ ਆ, ਕਹਿੰਦੇ ਅਸੀਂ ਬੱਚੀ ਪਾਲਾਂਗੇ, ਤੁਸੀਂ ਬੱਚੀ ਲੈ ਲਓ, ਕਿ ਬੱਚੀ ਲੈ ਲਓ। ਵਿਚਾਰੀ ਦੇ ਕੱਪੜੇ ਤੱਕ ਲੋਕ ਦੇਣ ਆ ਰਹੇ ਸੀ, ਕਹਿੰਦੇ ਅਸੀਂ ਪੈਸੇ ਵੀ ਦੇਵਾਂਗੇ, ਜੋ ਇਹਦਾ ਖਰਚਾ ਅਸੀਂ ਭਰਾਂਗੇ। ਤੋ ਸਾਡੀ ਇਹੀ ਬੇਨਤੀ ਹੈ ਜੀ, ਮੌਜੂਦਾ ਸਰਕਾਰ ਸੀਐਮ ਭਗਵੰਤ ਮਾਨ ਸਿੰਘ ਅੱਗੇ ਵੀ ਬੇਨਤੀ ਹੈ ਕਿ ਸਾਨੂੰ ਬੱਚੀ ਦਵਾ ਦੇ, ਅਤੇ ਅਸੀਂ ਪਾਲਣ ਪੋਸ਼ਣ ਵਧੀਆ ਕਰਾਂਗੇ। ਹਾਂਜੀ, ਤੁਸੀਂ ਬੱਚੀ ਨੂੰ ਅਡੋਪਟ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਗੋਦ ਲੈਣਾ ਚਾਹੁੰਦੇ ਹੋ? ਹਾਂਜੀ ਸਰ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੁਸੀਂ ਪਾਲਣ ਪੋਸ਼ਣ ਉਹਦਾ ਵਧੀਆ ਤਰੀਕੇ ਨਾਲ ਕਰ ਸਕਦੇ? ਬਿਲਕੁਲ ਬਿਲਕੁਲ, ਜੋ ਵੀ ਲਿਖਾਉਣਾ ਚਾਹੁੰਦੇ ਅਸੀਂ ਬਿਲਕੁਲ ਗਰੰਟੀ ਦੇਣ ਨੂੰ ਤਿਆਰ, ਮੇਰਾ ਮੁਹੱਲਾ ਸਮਾਜ ਅਸੀਂ ਵੀ ਦੇਣ ਨੂੰ ਤਿਆਰ ਹਾਂ। ਅਤੇ ਜਦੋਂ ਉਹ ਚਾਈਲਡ ਵੈਲਫੇਅਰ ਸੁਸਾਇਟੀ ਵਾਲੇ ਆਏ ਸੀਗੇ, ਅਤੇ ਜਾਂ ਉਹ ਉੱਥੇ ਚਾਈਲਡ ਕੇਅਰ ਸੈਂਟਰ ਦੇ ਵਿੱਚ ਬੱਚੇ ਨੂੰ ਜਮ੍ਹਾਂ ਕਰਵਾਇਆ ਸੀਗਾ, ਅਤੇ ਉਦੋਂ ਤੁਹਾਡੀ ਪ੍ਰਤੀਕਿਰਿਆ ਜਿਹੜੀ ਸੀ ਤੁਸੀਂ ਨਾਲ ਰਲ ਕੇ ਕੀਤੀ? ਉਦੋਂ ਸਰ ਪਹਿਲਾਂ ਤਾਂ ਕਚਹਿਰੀ ਤੋਂ ਉਹਨਾਂ ਨੇ ਸ਼ਿਮਲਾਪੁਰੀ ਨਾਲ ਬਾਲ ਵਿਕਾਸ ਸੈਂਟਰ ਜੋ ਹੈਗਾ ਉੱਥੋਂ ਦੀ ਉਹਨਾਂ ਨੇ ਕੁੜੀ ਸਾਡੇ ਤੋਂ ਫੜ ਲਈ ਸੀ, ਅਤੇ ਉੱਥੋਂ ਵੀ ਸਾਨੂੰ ਨਾਲ ਲੈ ਕੇ ਨਹੀਂ ਗਏ ਸੀ, ਅਸੀਂ ਉਹਨਾਂ ਨੇ ਮਗਰ ਗੱਡੀ ਭਜਾਈ, ਉਹ ਪਹਿਲਾਂ ਹੀ ਪਹੁੰਚ ਗਏ ਸੀ, ਕਿ ਇੱਕ ਮਾਂ ਨੂੰ ਤਾਂ ਨਾਲ ਲੈ ਜਾਂਦੇ, ਉੱਥੇ ਜਾ ਕੇ ਉਹ ਪਹਿਲਾਂ ਹੀ ਉਹ ਅੰਦਰ ਜਾ ਚੁੱਕੇ ਸੀ।
ਤੇ ਜਦੋਂ ਅਸੀਂ ਮਗਰ ਪਹੁੰਚੇ ਉਹਨਾਂ ਨੇ ਸਾਨੂੰ ਐਂਟਰੀ ਨਹੀਂ ਆਉਣ ਦਿੱਤੀ ਕਿ ਬੱਚੇ ਨੂੰ ਮਿਲ ਲਈਏ ਅਸੀਂ ਸਾਨੂੰ ਮਿਲਿਆ ਨਹੀਂ ਦਿੱਤਾ ਉਹਨਾਂ ਨੇ ਉਹ ਕਹਿੰਦੀ ਇੱਦਾਂ ਤੁਸੀਂ ਨਹੀਂ ਮਿਲ ਸਕਦੇ ਹਾਂਜੀ ਚਲੋ ਸਾਡੇ ਨਾਲ ਹੋਰ ਮਾਤਾ ਜੀ ਵੀ ਮੌਜੂਦ ਨੇ ਅਸੀਂ ਇਹਨਾਂ ਤੋਂ ਜਾਣਕਾਰੀ ਲੈਣਾ ਮਾਤਾ ਜੀ ਕੀ ਮਾਮਲਾ ਸੀਗਾ ਇਹਦੇ ਬਾਰੇ ਥੋੜ੍ਹੀ ਜੀ ਜਾਣਕਾਰੀ ਦਿਓ ਮਾਮਲਾ ਸਰ ਜਿੱਦਾਂ ਰਾਤ 10:30 ਵਜੇ ਬੇਟੀ ਲੈ ਕੇ ਆਈ ਆ ਬੱਚੀ ਨੂੰ ਸਾਂਭਿਆ ਸਾਰਾ ਮਹੱਲਾ ਅਸੀਂ ਇਕੱਠੇ ਹੋਏ ਹਾਂ ਜਦ ਕਿ ਮੇਰੀ ਭਤੀਜੀ ਆ ਅਸੀਂ ਵੀ ਚਾਹੁੰਦੇ ਸੀ ਕਿ ਚਲੋ ਕੋਈ ਨਹੀਂ ਬੱਚਾ ਪਾਲ ਲੈਗਾ ਰਲ ਮਿਲ ਕੇ ਅਸੀਂ ਪਾਲ ਲਵਾਂਗੇ ਸਾਡੀ ਦੋਤੀ ਲੱਗ ਗਈ ਆ ਚਲੋ ਕੋਈ ਗੱਲ ਨਹੀਂ ਅਸੀਂ ਰਲ ਮਿਲ ਕੇ ਪਾਲ ਲਾਂਗੇ ਅੱਗੇ ਨੇ ਬੱਚੇ ਗੁੱਡੀ ਇੱਕ ਵਿਆਹਤੀ ਆ ਕਾਕਾ ਉਹ ਵੀ ਜਵਾਨ ਆ ਉਹ ਵੀ ਵਿਆਹਣ ਵਾਲਾ ਹੈ ਨਿੱਕੀ ਗੁੱਡੀ ਆ ਉਹ ਵੀ ਉਹ ਛੋਟੀ ਆ ਜੇ ਤੇ ਚਲੋ ਉਹਨੇ ਨਾਲ ਰਲਦੇ ਬੱਚਿਆਂ ਵਿੱਚ ਪਾਲ ਜਾਏਗੀ ਲੇਕਿਨ ਜਿਹੜੀ ਇਹ ਕੰਮ ਕੀਤਾ ਗਲਤ ਕੀਤਾ ਅਗਰ ਜੇ ਉਹਨਾਂ ਨੇ ਖੜਨੀ ਸੀ ਉਸ ਵੇਲੇ ਹੀ ਜਦੋਂ ਰਾਤ ਪਤਾ ਲੱਗਾ ਸਵੇਰੇ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਫਿਰ ਉਦੋਂ ਆਉਂਦੇ ਇਹ ਤੀਸਰੇ ਦਿਨ ਖੜ ਕੇ ਤੇ ਇੱਦਾਂ ਘਰਾਉਣੀ ਹਰਕਤ ਕਰਨੀ ਚੰਗੀ ਨਹੀਂ ਸਾਨੂੰ ਲੱਗੀ ਜੇ ਅਗਰ ਉਹਨਾਂ ਉੱਥੇ ਵੀ ਖੜਨਾ ਸੀ ਜੱਜ ਸਾਹਿਬ ਦੇ ਪੇਸ਼ ਕਰਨਾ ਸੀ ਇਹਨਾਂ ਨੂੰ ਪੁੱਛਦੇ ਜੇ ਉਹਨਾਂ ਨੇ ਇਹਨਾਂ ਦੀ ਮਰਜ਼ੀ ਤੋਂ ਖਿਲਾਫ਼ ਠੀਕ ਆ ਅਸੀਂ ਮੰਨਦੇ ਹਾਂ ਕਿ ਕਾਨੂੰਨ ਕਾਨੂੰਨ ਆ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਅਸੀਂ ਕਾਨੂੰਨ ਦੇ ਦਾਇਰੇ ਨੂੰ ਉਡੀਕ ਦੇ ਰਹੇ ਹਾਂ ਕਿ ਕਾਨੂੰਨ ਦਾ ਦਾਇਰਾ ਜੋ ਕਰੇਗਾ ਜੇ ਬੱਚੀ ਸਾਂਭਦੀ ਆ ਸਾਰੀ ਆਦਾ ਮਹੱਲਾ ਵੀ ਨਾਲ ਇਹਦੇ ਤਾਂ ਫਿਰ ਇਹ ਕੀ ਇਹਦੇ ਵਿੱਚ ਹਰਜ ਹੈ ਕੋਈ ਹਰਜ ਨਹੀਂ ਹੈਗਾ ਬਾਕੀ ਦੇਖੋ ਜੇ ਹੁਣ ਮੈਂ ਕਹਾਂ ਵੀ ਮੈਂ ਬੱਚੀ ਲੱਭੀ ਆ ਮੈਂ ਪਾਲੀ ਆ ਇਹ ਗਲਤ ਗੱਲਾਂ ਨੇ ਮਨ ਘੜਤ ਗੱਲਾਂ ਬਣ ਰਹੀਆਂ ਨੇ ਇਹ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਅਸੀਂ ਤਾਂ ਭਗਵੰਤ ਮਾਨ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੂੰ ਉਸ ਟਾਈਮ ਕੀ ਸੀ ਅਤੇ ਹੁਣ ਕੀ ਆ ਸਾਡੇ ਵਰਗੇ ਬਜ਼ੁਰਗਾਂ ਦੀ ਵੀ ਤੂੰ ਨਹੀਂ ਸੁਣ ਸਕਦਾ ਤਾਂ ਫਿਰ ਤੂੰ ਕਿਹਦੀ ਸੁਣੇਗਾ ਠੀਕ ਹੈ ਤੁਸੀਂ ਇਹ ਹੈ ਵੀ ਕੁਛ ਲੋਕ ਜਿਹੜੇ ਹੈਗੇ ਨੇ ਉਹ ਬੱਚਿਆਂ ਨੂੰ ਤਰਸਦੇ ਨੇ ਅਤੇ ਕੁਛ ਐਸੇ ਕਲਯੁਗੀ ਮਾਂ ਪਿਓ ਵੀ ਹੈਗੇ ਨੇ ਜਿਹੜੇ ਬੱਚਿਆਂ ਨੂੰ ਮਰਨ ਵਾਸਤੇ ਵੀ ਛੱਡ ਦਿੰਦੇ ਨੇ ਬੱਚੇ ਨੂੰ ਅਡੋਪਟ ਪੱਕਾ ਮਨ ਬਣਾ ਲਿਆ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਬਿਲਕੁਲ ਜੀ ਬਿਲਕੁਲ ਬਣਾਇਆ ਹੋਇਆ ਪੱਕਾ ਕਿ ਮੈਂ ਰੱਖਣਾ ਚਾਹੁੰਦੀ ਹਾਂ ਅਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੇਰੀ ਇਹੀ ਹੈ ਕਿ ਬਸ ਮੈਨੂੰ ਬੱਚੀ ਦਵਾਈ ਚਾਹੀਦੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਉਹ ਬੱਚੀ ਦਵਾਈ ਚਾਹੀਦੀ ਤੇ ਨਾਲੇ ਸਾਨੂੰ ਮਲਾਇਆ ਵੀ ਜਾਵੇ ਬੱਚੀ ਜੀ ਸਾਨੂੰ ਤਰਸਦੇ ਪਏ ਆ ਕਿ ਅਸੀਂ ਉਹਦੀ ਸ਼ਕਲ ਦੇਖ ਲਈਏ ਕਿਉਂਕਿ ਉਹ ਤੋਂ ਬਾਅਦ ਅਸੀਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕਿ ਸਾਡੀ ਪਹਿਲੀ ਬੇਨਤੀ ਹੈ ਕਿ ਸਾਨੂੰ ਮਿਲਾ ਦਿੱਤਾ ਜਾਵੇ ਅਤੇ ਜਿਹੜੀ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਉਹ ਤੋਂ ਬਾਅਦ 2 ਮਹੀਨੇ 3 ਮਹੀਨੇ ਬਾਅਦ ਅਤੇ ਰਿਕੁਐਸਟ ਹੈ ਸਾਨੂੰ ਉਹ ਤੋਂ ਸਾਨੂੰ ਬੱਚੀ ਦਵਾਈ ਜਾਵੇ ਸਾਡੇ ਮਹੱਲੇ ਦੇ ਵਿੱਚ 20 ਸਾਲ ਦੀ ਇੱਕ ਆ ਔਰਤ ਬੈਠੀ ਆ ਉਹਨੂੰ ਦਵਾਓ ਜੇ ਉਹਨੂੰ ਦਵਾ ਦਿਓ ਸਾਨੂੰ ਤਾਂ ਵੀ ਤਸੱਲੀ ਹੈ ਜੇ ਨਹੀਂ ਮੈਨੂੰ ਦੇਣਾ ਚਾਹੁੰਦੇ ਸਰਕਾਰ ਇਹ 20 ਸਾਲ ਹੋ ਚੱਲੇ ਨੇ ਬੱਚਿਆਂ ਨੂੰ 2 ਪਰਿਵਾਰ ਆ ਇਹਦੇ ਦਰਾਣੀ ਜਠਾਣੀ ਇਹਨਾਂ ਦੇ ਘਰੇ ਬੱਚਾ ਨਹੀਂ ਹੋਇਆ ਕੋਈ ਵੀ 20 ਸਾਲ ਹੋ ਗਏ ਨੇ ਬੇਸ਼ੱਕ ਤੁਸੀਂ ਇਹਨਾਂ ਦੀ ਭੋਲੀ ਪਾ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੇ ਇਹ ਜ਼ਰੂਰ ਤੁਸੀਂ ਲੈਣਾ ਚਾਹੁੰਦੇ ਹੋ ਹਾਂਜੀ ਅਸੀਂ ਲੈਣਾ ਚਾਹੁੰਦੇ ਹਾਂ ਬੱਚਾ ਅੱਛਾ ਜੇ ਤੁਹਾਨੂੰ ਮੰਨ ਲਓ ਕਾਨੂੰਨੀ ਪ੍ਰਤੀਕਿਰਿਆ ਜਿਹੜੀ ਹੈਗੀ ਹੈ ਪੂਰੀ ਕਰਕੇ ਪ੍ਰਕਿਰਿਆ ਅਤੇ ਤੁਹਾਨੂੰ ਮਿਲ ਜਾਈ ਬੱਚੀ ਤੁਸੀਂ ਸੰਭਾਲ ਲਓਗੇ ਹਾਂਜੀ ਬਿਲਕੁਲ ਅਸੀਂ ਸਾਰੇ ਨਾਲ ਆਏ ਦੇ ਬਿਲਕੁਲ ਅਸੀਂ ਨਾਲ ਆ ਸਮਝ ਲਓ ਕਿ ਮੇਰੇ ਘਰ 'ਚ ਆ ਗਈ ਹੈ ਬੇਟੀ ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਦੇਖੋ ਜੀ ਜਿਹੜੇ ਇਹ ਨੇ ਭੈਣ ਜੀ ਇਹਨਾਂ ਦੇ ਘਰ ਵਾਲੇ ਮੌਜੂਦਾ ਸਾਡੇ ਨਾਲ ਸੀਗੇ ਉਸ ਟਾਈਮ ਉਹ ਵੀ ਕਚਹਿਰੀ ਤੱਕ ਸਾਡੇ ਬਰਾਬਰ ਤੁਰੇ ਨੇ ਅਤੇ ਜੇ ਇਹ ਗੱਲ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਇਹ ਗੱਲ ਆਉਂਦੀ ਕਿ ਜ਼ਰੂਰਤਮੰਦ ਨੂੰ ਅਸੀਂ ਡੋਪਟ ਕਰਾਂਗੇ ਅਤੇ ਸਾਡੇ ਗਲੀ ਦੇ ਨੇ ਜੋ ਗਵਾਂਢੀ ਨਾਲ ਤੁਰੇ ਨੇ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਦਾ 20 ਸਾਲ ਹੋ ਗਏ ਨੇ ਉਹਨਾਂ ਨੂੰ ਦਵਾਈ ਜਾਵੇ ਕੁੜੀ ਠੀਕ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਪੂਰਾ ਮਹੱਲਾ ਹੈਗਾ ਆ ਜਿਹੜਾ ਬੱਚੀ ਨੂੰ ਅਡੋਪਟ ਕਰਨ ਵਾਸਤੇ ਤਿਆਰ ਬੈਠਾ ਆ ਕਿਉਂਕਿ ਇੱਥੇ 3-4 ਘਰ ਨੇ ਅਤੇ ਜਿਹੜੇ ਪਰਿਵਾਰ ਨੇ ਬੱਚੀ ਦੀ ਜਾਨ ਬਚਾਈ ਸੀ ਉਹ ਵੀ ਕਹਿ ਰਹੇ ਨੇ ਵੀ ਇਹ ਬੱਚੀ ਜਿਹੜੀ ਹੈਗੀ ਆ ਸਾਡੀ ਗਲੀ ਦੇ ਵਿੱਚ ਜਾਂ ਦੇਖੋ 1-2 ਦਿਨ ਜਿਹੜੀ ਜਿਨ੍ਹਾਂ ਨੇ ਬੱਚੀ ਰੱਖੀ ਹੈ ਅਤੇ ਉਹਨਾਂ ਦਾ ਪਿਆਰ ਬੱਚੀ ਨਾਲ ਇੰਨਾ ਪੈ ਗਿਆ ਅਤੇ ਜਿਨ੍ਹਾਂ ਨੇ ਸੁੱਟੀ ਹੈ ਬੱਚੀ ਅਤੇ ਉਹਨਾਂ ਦਾ ਦਿਲ ਨਹੀਂ ਪਸੀਜਿਆ ਜਾਂ ਉਹਨਾਂ ਨੂੰ ਤਰਸ ਨਹੀਂ ਆਇਆ ਅਤੇ ਮਰਨ ਵਾਸਤੇ ਜਿਹੜਾ ਬੱਚੀ ਨੂੰ ਕੂੜੇ ਦੇ ਢੇਰ ਦੇ ਉੱਤੇ ਸੁੱਟ ਦਿੱਤਾ ਗਿਆ ਅਤੇ ਜਿਵੇਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੱਤੇ ਉਹਦਾ ਕੱਪੜਾ ਖਿੱਚ ਰਹੇ ਸੀਗੇ ਜਿਹੜਾ ਉਹਦਾ ਥੱਲੇ ਕੱਪੜਾ ਪਾਇਆ ਸੀਗਾ ਉਸ ਤੋਂ ਬਾਅਦ ਉੱਤੇ ਤਨ ਦੇ ਉੱਤੇ ਕੋਈ ਕੱਪੜਾ ਨਹੀਂ ਸੀਗਾ ਅਤੇ ਜੇ ਇਹਨਾਂ ਦੀ ਨਜ਼ਰ ਨਾ ਪੈਂਦੀ ਤਾਂ ਹੋ ਸਕਦਾ ਵੀ ਕੋਈ ਵੱਡਾ ਕਾਰਾ ਵੀ ਹੋ ਸਕਦਾ ਸੀ ਕੁੱਤੇ ਨੋਚ ਸਕਦੇ ਸੀ ਜਾਂ ਬੱਚੀ ਦੀ ਮੌਤ ਵੀ ਹੋ ਸਕਦੀ ਸੀਗੀ ਪਰ 1-2 ਦਿਨ ਰੱਖਣ ਦੇ ਨਾਲ ਹੀ ਇਹਨਾਂ ਦਾ ਇੰਨਾ ਬੱਚੀ ਨਾਲ ਪਿਆਰ ਹੋ ਗਿਆ ਅਤੇ ਇਹ ਸਾਰਾ ਹੀ ਮਹੱਲਾ ਜਿਹੜਾ ਹੈਗਾ ਵਾ ਬੱਚੀ ਨੂੰ ਅਡੋਪਟ ਕਰਨ ਨੂੰ ਤਿਆਰ ਹੈ ਤੋ ਸੋ ਦੇਖਣਾ ਹੋਵੇਗਾ ਵੀ ਇਹ ਕਾਨੂੰਨੀ ਪ੍ਰਕਿਰਿਆ ਕਦੋਂ ਤੱਕ ਪੂਰੀ ਹੁੰਦੀ ਹੈ ਅਤੇ ਇਹ ਬੱਚੀ ਕਦੋਂ ਤੱਕ ਇਹ ਇਹਨਾਂ ਦੇ ਕੋਲ ਪਹੁੰਚ ਜਾ ਸਕਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ ਨਿਊਜ਼ 18 ਪੰਜਾਬ